ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮੋਸਟ ਰਿਕੁਐਸਟਿਡ ਵੀਡੀਓ ਜੋ ਕਿ ਹੈ ਮੇਕਅਪ ਵੀਡੀਓ ਅਤੇ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਹੀ ਕਲੀਅਰ ਕਰਦਾ ਕਿ ਮੈਨੂੰ ਪਲੀਜ਼ ਜੱਜ ਨਾ ਕਰਿਓ ਕਿਉਂਕਿ ਮੈਂ ਕੋਈ ਪ੍ਰੋਫੈਸ਼ਨਲ ਨਹੀਂ ਹਾਂ ਸਾਰੇ ਜਣੇ ਇਹ ਜਾਣਨਾ ਚਾਹੁੰਦੇ ਸੀ ਕਿ ਮੈਂ ਆਪਣਾ ਮੇਕਅਪ ਕਿੱਦਾਂ ਕਰਦੀ ਹਾਂ ਸੋ ਇਹਦੇ ਇਸ ਵੀਡੀਓ ਦੇ ਵਿੱਚ ਸਿਰਫ ਇਹੀ ਹੋਏਗਾ ਫਿਰ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਕਿ ਮੈਂ ਇਹ ਲੁੱਕ ਕਿੱਦਾਂ ਕ੍ਰੀਏਟ ਕੀਤੀ ਆਪਾਂ ਮੋਇਸਚਰਾਈਜ਼ਰ ਲਗਾਵਾਂਗੇ ਮੈਂ ਲਗਾਉਂਦੀ ਹਾਂ ਨਿਵਿਆ ਦਾ ਇਹਨੂੰ ਥੋੜ੍ਹਾ ਜਿਹਾ ਲੈ ਕੇ ਆਪਣੇ ਫੇਸ 'ਤੇ ਥੋੜ੍ਹੀ ਜਿਹੀ ਮਸਾਜ ਕਰ ਲਓ ਜਾਂ ਜਿੱਦਾਂ ਵੀ ਤੁਸੀਂ ਲਗਾਉਣਾ ਚਾਹੁੰਦੇ ਇਸ ਤੋਂ ਬਾਅਦ ਮੈਂ ਲਗਾਊਂਗੀ ਪ੍ਰਾਈਮਰ ਆਪਣਾ ਇਹ ਮੇਰਾ ਹੈ ਪੈਕ ਦਾ ਜੋ ਕਿ ਅੱਜ ਖਤਮ ਹੋ ਜਾਣਾ ਹੈ ਆਖਰੀ ਇਹਦਾ ਰਹਿ ਗਿਆ ਹੈ ਹਿਸਾਬ ਕਿਤਾਬ ਜੋ ਵੀ ਹੈ ਪ੍ਰਾਈਮਰ ਦੇ ਨਾਲ ਕੀ ਹੁੰਦਾ ਜਿਹੜੇ ਸਾਡੇ ਫੇਸ ਦੇ ਪੋਰਸ ਵਗੈਰਾ ਹੁੰਦੇ ਆ ਨਾ ਉਹ ਬੰਦ ਹੋ ਜਾਂਦੇ ਆ ਉਹਦੇ ਨਾਲ ਮੇਕਅਪ ਜਿਹੜਾ ਆ ਉਹ ਸੈੱਟ ਰਹਿੰਦਾ ਆ ਚੰਗੀ ਤਰ੍ਹਾਂ ਤੁਹਾਡੀ ਸਕਿਨ 'ਤੇ ਵਧੀਆ ਤਰ੍ਹਾਂ ਫਿਨਿਸ਼ਿੰਗ ਉਹਦੀ ਅੱਛੀ ਆਉਂਦੀ ਹੈ ਇਸ ਤੋਂ ਬਾਅਦ ਮੈਂ ਲਗਾਊਂਗੀ ਆਪਣੀ ਮੈਬਲਿਨ ਦੀ ਫਾਊਂਡੇਸ਼ਨ ਅਤੇ ਇਹ ਹੈ ਸੁਪਰ ਸਟੇ 24 hour ਫੁੱਲ ਕਵਰੇਜ ਫਾਊਂਡੇਸ਼ਨ ਮੇਰਾ ਸ਼ੇਡ ਹੈ ਇਹਦੇ ਵਿੱਚ 128 ਆ ਵਾਮ ਨਿਊਡ ਇਹ ਮੈਂ ਆਪਣੀ ਨਾਇਕਾ ਹੌਲ ਵਾਲੀ ਵੀਡੀਓ 'ਚ ਵੀ ਦਿਖਾਇਆ ਸੀਗਾ ਇਹ ਬਹੁਤ ਹੀ ਅੱਛੀ ਫਾਊਂਡੇਸ਼ਨ ਆ ਮਤਲਬ ਫੁੱਲ ਨੈਚੁਰਲ ਲੁੱਕ ਆਉਂਦੀ ਹੈ ਇੱਦਾਂ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਫੇਸ 'ਤੇ ਕੁਛ ਲਗਾਇਆ ਹੋਇਆ ਬਾਕੀ ਇਹ ਵੀ ਆ ਥੋੜ੍ਹਾ ਕਿ ਤੁਸੀਂ ਆਪਣੀ ਹਮੇਸ਼ਾ ਜਦੋਂ ਵੀ ਫਾਊਂਡੇਸ਼ਨ ਲਓ ਅਤੇ ਆਪਣੇ ਸਕਿਨ ਕਲਰ ਚੰਗੀ ਤਰ੍ਹਾਂ ਦੇਖ ਕੇ ਫੇਰ ਲਓ ਤਾਂ ਕਿ ਉਹ ਇੱਦਾਂ ਨਾ ਲੱਗੇ ਕਿ ਕੁਛ ਫੇਸ 'ਤੇ ਲਗਾਇਆ ਹੋਇਆ ਹੁਣ ਮੈਂ ਇਹਨੂੰ ਫਿੰਗਰ ਦੇ ਨਾਲ ਹੀ ਲਗਾ ਲੂੰਗੀ ਥੋੜ੍ਹਾ ਹੁਣ ਆਪਾਂ ਲਵਾਂਗੇ ਇੱਕ ਬਿਊਟੀ ਬਲੈਂਡਰ ਇਹਨੂੰ ਮੈਂ ਥੋੜ੍ਹੀ ਦੇਰ ਲਈ ਪਾਣੀ 'ਚ ਡਿਪ ਕਰਕੇ ਰੱਖਿਆ ਸੀ ਕਿ ਉਹਦਾ ਪਾਣੀ ਨਿਚੋੜ ਕੇ ਅਤੇ ਫਿਰ ਮੈਂ ਉਹਨੂੰ ਯੂਜ਼ ਕਰ ਰਹੀ ਹਾਂ ਹੁਣ ਇਹ ਮੇਰਾ ਖਰਾਬ ਹੋ ਚੁੱਕਾ ਤੁਸੀਂ ਦੇਖ ਸਕਦੇ ਪਰ ਸਟਿਲ ਇਟ ਵਰਕਸ ਹੁਣ ਆਪਾਂ ਇਹਨੂੰ ਇੱਦਾਂ ਡੈਬ ਡੈਬ ਕਰ ਲਾਂਗੇ ਇਹਦੇ ਨਾਲ ਕੀ ਹੁੰਦਾ ਸਹੀ ਤਰ੍ਹਾਂ ਨੈਚੁਰਲ ਲੁੱਕ ਆਉਂਦੀ ਹੈ ਅਗਰ ਤੁਸੀਂ ਬ੍ਰੱਸ਼ ਦੇ ਨਾਲ ਫਾਊਂਡੇਸ਼ਨ ਲਗਾਉਣਾ ਪਸੰਦ ਕਰਦੇ ਹਾਂ ਅਤੇ ਤੁਹਾਨੂੰ ਕੁਛ ਫਲੈਟ ਬ੍ਰੱਸ਼ ਲੈ ਕੇ ਇਹ ਵੈਸੇ ਫਲੈਟ ਨਹੀਂ ਹੈ ਖੈਰ ਅਤੇ ਤੁਹਾਨੂੰ ਸਰਕੂਲਰ ਮੋਸ਼ਨ ਦੇ ਵਿੱਚ ਇੱਦਾਂ ਫਾਊਂਡੇਸ਼ਨ ਅਪਲਾਈ ਕਰਨੀ ਚਾਹੀਦੀ ਬਟ ਮੈਂ ਬਿਊਟੀ ਬਲੈਂਡਰ ਨਾਲ ਹੀ ਕਰ ਰਹੀ ਹਾਂ ਸੋ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਕੰਸੀਲਰ ਇਹ ਮੇਰਾ ਹੈ ਸ਼ੂਗਰ ਦਾ ਇਹ ਬਹੁਤ ਹੀ ਵਧੀਆ ਕੰਸੀਲਰ ਆ ਮੇਰਾ ਇਹਦੇ ਵਿੱਚ ਸ਼ੇਡ ਆ 30 ਅਤੇ ਇਹ ਵਾਟਰਪਰੂਫ ਕੰਸੀਲਰ ਆ ਬਹੁਤ ਹੀ ਵਧੀਆ ਸੋ ਇਹਨੂੰ ਮੈਂ ਬੜੀ ਤਰ੍ਹਾਂ ਲੱਗਦਾ ਵੈਸੇ ਕੰਸੀਲਰ ਬਟ ਮੈਂ ਜਿੱਦਾਂ ਲਗਾਉਂਦੀ ਮੈਂ ਤੁਹਾਨੂੰ ਉਹ ਦੱਸੂੰਗੀ ਮੈਂ ਇੱਦਾਂ ਸ਼ੇਪ ਬਣਾ ਲੈਂਦੀ ਹਾਂ ਤਾਂ ਕਿ ਮੇਰਾ ਪ੍ਰੋਪਰ ਅੰਡਰ ਆਈ ਏਰੀਆ ਕਵਰ ਹੋ ਜਾਏ ਅਤੇ ਜਿਨ੍ਹਾਂ ਦਾ ਫੇਸ ਥੋੜ੍ਹਾ ਚੌੜਾ ਆ ਉਹ ਅਗਰ ਇੱਦਾਂ ਲਗਾਓਗੇ ਕੰਸੀਲਰ ਨੂੰ ਉਹਦੇ ਨਾਲ ਉਹਨਾਂ ਦਾ ਫੇਸ ਥੋੜ੍ਹਾ ਲੰਬਾ ਦਿਖੇਗਾ ਮੈਂ ਦੋ ਤਰ੍ਹਾਂ ਦੇ ਬਲੈਂਡਰ ਰੱਖੇ ਆ ਅਤੇ ਛੋਟਾ ਵੀ ਰੱਖਿਆ ਹੈ ਮੈਂ ਅੰਡਰ ਆਈ ਏਰੀਆ ਨੂੰ ਇਹਦੇ ਨਾਲ ਹੀ ਬਲੈਂਡ ਕਰੂੰਗੀ ਹੁਣ ਲਓ ਜੀ ਹੁਣ ਸਾਡਾ ਬੇਸ ਹੋ ਚੁੱਕਾ ਰੈਡੀ ਅਤੇ ਜੋ ਮੇਰਾ ਫੇਵਰੇਟ ਪਾਰਟ ਹੈਗਾ ਆ ਉਹ ਹੈ ਆਈਬ੍ਰੋਜ਼ ਦਾ ਸੋ ਇਹ ਹੈ ਮੇਰਾ ਨਾਇਕਾ ਦਾ ਆਈਬ੍ਰੋ ਇਨਹੈਂਸਰ ਇਹ ਵੀ ਮੈਂ ਆਪਣੀ ਨਾਇਕਾ ਹੌਲ ਦੇ ਵਿੱਚ ਦਿਖਾਇਆ ਸੀਗਾ ਬਹੁਤ ਹੀ ਵਧੀਆ ਹੈ ਸਾਡੇ ਇੰਡੀਅਨ ਆਈਬ੍ਰੋਜ਼ ਦੇ ਅਕੋਰਡਿੰਗ ਇਹਦੇ ਵਿੱਚ 3 ਕਲਰ ਆ ਤੁਸੀਂ ਦੇਖ ਸਕਦੇ ਅਤੇ ਹੁਣ ਮੈਂ ਇਹਨੂੰ ਅਪਲਾਈ ਕਰੂੰਗੀ ਇੱਦਾਂ ਦਾ ਤੁਸੀਂ ਇੱਕ ਐਂਗਲ ਬ੍ਰੱਸ਼ ਲੈ ਸਕਦੇ ਵੈਸੇ ਇਹਦੇ ਵਿੱਚ ਵੀ ਹੁੰਦਾ ਆ ਇੰਕਲੂਡ ਵੀ ਹੁੰਦਾ ਆ ਹਮੇਸ਼ਾ ਪਿੱਛੇ ਤੋਂ ਸ਼ੁਰੂ ਕਰੋ ਕਿਉਂਕਿ ਸਾਡਾ ਪਿੱਛੋਂ ਦੀ ਆਈਬ੍ਰੋ ਥੋੜ੍ਹਾ ਡਾਰਕ ਹੋਣਾ ਚਾਹੀਦਾ ਅਤੇ ਜਦੋਂ ਐਂਡ 'ਤੇ ਜਦੋਂ ਪ੍ਰੋਪਰ ਤੁਹਾਡਾ ਪਿੱਛੋਂ ਦੀ ਹੋ ਜਾਵੇ ਕੰਪਲੀਟ ਅਤੇ ਉਦੋਂ ਤੁਸੀਂ ਆਪਣੇ ਉਸੇ ਜਿਹੜਾ ਬਚਿਆ ਹੋਏਗਾ ਬ੍ਰੱਸ਼ ਅਤੇ ਉਹਦੇ ਨਾਲ ਹੀ ਫਰੰਟ ਪਾਰਟ ਨੂੰ ਕਵਰ ਕਰਨਾ ਆ ਉਹਦੇ ਨਾਲ ਤੁਹਾਡੀ ਬਿਲਕੁਲ ਨੈਚੁਰਲ ਲੁੱਕ ਆਏਗੀ ਹੁਣ ਇਸੇ ਤਰ੍ਹਾਂ ਆਪਾਂ ਸੈਕਿੰਡ ਵਾਲੇ ਨੂੰ ਵੀ ਕਰ ਲਾਂਗੇ ਡਨ ਇਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਪ੍ਰੋਸੀਜਰ ਆ ਉਹਦੇ ਵਿੱਚ ਆਉਂਦਾ ਆ ਕੌਂਟੋਰ ਅਤੇ ਇਹ ਹੈ ਮੇਰਾ ਰੈਵੋਲਿਊਸ਼ਨ ਦਾ ਕੌਂਟੋਰ ਪੈਲਟ ਇਹਦੇ ਵਿੱਚ ਹਾਈਲਾਈਟਰ ਵੀ ਆ ਇਹ ਹਰ ਸਕਿਨ ਟਾਈਪ ਦੇ ਅਕੋਰਡਿੰਗ ਉਹਨਾਂ ਨੇ ਆ ਸ਼ੇਡ ਦਿੱਤੇ ਹੋਏ ਆ ਗੋਲਡਨ ਅਤੇ ਸਿਲਵਰ ਕਲਰ ਦਾ ਉਹਨਾਂ ਨੇ ਹਾਈਲਾਈਟਰ ਵੀ ਦਿੱਤਾ ਅਗਰ ਤੁਸੀਂ ਕੋਈ ਗੋਲਡਨ ਟੱਚ ਦੇ ਵਿੱਚ ਵੀਅਰ ਕਰ ਰਹੇ ਹੋ ਡਰੈਸ ਤਾਂ ਤੁਸੀਂ ਗੋਲਡਨ ਹਾਈਲਾਈਟਰ ਲਗਾ ਸਕਦੇ ਅਗਰ ਸਿਲਵਰ ਟੱਚ ਕਰ ਰਹੇ ਹਾਂ ਤਾਂ ਤੁਸੀਂ ਸਿਲਵਰ ਲਗਾ ਸਕਦੇ ਇੱਦਾਂ ਦਾ ਸੇਮ ਇੱਕ NYX 'ਚ ਵੀ ਆਉਂਦਾ ਆ ਅਤੇ ਬਟ ਮੈਂ ਰੈਵੋਲਿਊਸ਼ਨ ਦਾ ਲਿਆ ਸੀਗਾ ਹੁਣ ਆਪਾਂ ਲਵਾਂਗੇ ਇੱਕ ਇੱਦਾਂ ਦਾ ਬ੍ਰੱਸ਼ ਅਤੇ ਮੇਰੇ ਕੋਲ ਦੋ ਤਰ੍ਹਾਂ ਦੇ ਬ੍ਰੱਸ਼ ਆ ਇੱਦਾਂ ਦੇ
इस तरह का आप ब्रश लवेंगे अपनी कॉन्टोर करने वास्ते। तो हूँ मैं ये लूँगी ये वाला कलर क्योंकि सब तो ज़्यादा लाइटेस्ट है, बाकी थोड़े ज़्यादा डार्क है, तो मैं ज़्यादा हाईलाइट करना नहीं पसंद अपनी चीक बोन में क्योंकि ऑलरेडी फेस हूँ काफ़ी पतला है। सो हमेशा अपनी जिहड़ा तुसी कॉन्टोर करना हुंदा है वह हेयर लाइन तो शुरू करो ताकि वह अलग जी तुहानू फीलिंग ना इदां ना लगे कि फेस ते कुछ लगाया होया। तो आपां इत्थों दी शुरू करांगे ते नीचे नूं इस तरह आपां नीचे भी हाईलाइट कर लांगे इस तरह दोनों साइड। हमेशा इनू अपवर्ड डायरेक्शन दे विच ही रखना है आपां। हुण मैं करूँगी नोज़ दी कॉन्टर, ये मैं अपनी फिंगर टिप दे नाल ही कर लूँगी। इनू आपां इहदा शेप दे देवांगे। तो इहदे उपर ही मैं सिल्वर हाईलाइट अप्लाई कर दूँगी। हुण मैं इहदे लई लै रही हाँ एक होर ब्रश। हुण इस तरह ही आपां अपनी चीक्स नूं हाईलाइट करांगे। तो इहदे लई मैं लै रही हाँ गोल्डन कलर, अगर तुसीं चाहो तो ब्रश भी यूज़ कर सकते हैं। सो वी आर डन विद दिस। हुण मैं लिपस्टिक लगाउण जा रही हाँ मैबलिन सुपर स्टे। ये है शेड मेरा 225 डेलीकेट। ये मेरे वन ऑफ द फेवरेट लिपस्टिक चो एक आ। मैं मोस्ट ऑफ द टाइम यही लिपस्टिक यूज़ करती हाँ। इस लिपस्टिक का ना स्टे बहुत ही अच्छा है, मतलब सीरियसली बहुत अच्छा है। तो हुण आपां करदे हाँ हल्का जिहा आई शैडो का कम। तो यह है मेरे को हुडा ब्यूटी दी आई पैलेट। हुण आपां इहदे विच बड़े सोहने सोहने कलर आ तुसीं देख सकते। नॉर्मली की हुंदा आ, हर किसी का अपना कोई फेवरेट ब्रश हुंदा आई शैडो करन लई आई शैडो का कम, बट मैनू एक थोड़ा जहा इदा का एंगल जहा ब्रश पसंद है और सही हो जाता है। हूँ आप मैं ये कलर लैन जा रही हाँ ये वाला कलर जो कि लाइट कलर आ। तो ये मैं अपनी आईज़ न चंकी तरह इदा ब्लेंड कर लेंगे आप। हूँ तुम देख सकते हैं थोड़ा जहा नज़र आ रहा प्रोपरली। तो हूँ मैं फ्रंट पर भी यही लगाऊंगी, तो विच मैं थोड़ा जहा ये स्पार्कली जहा टच दूंगी। हूँ मैं चूज़ कर रही हूँ कलर थोड़ा जहा ये पिंक टोन दे विच। इनू मैं फिंगर दे नाल लैके तो इतने सेंटर दे विच अप्लाई कर दूंगी। हूँ ये मेरा लग चुका है। हूँ मैं इनू प्रोपर ब्लेंड करन लई अपने एरिया दे उत्ते एक बार फिर एक लाइट कलर लगाऊंगी तो प्रोपरली इनू ब्लेंड करांगे। ये हूँ साड़ा कंप्लीट हो चुका। हूँ हल्का जहा हाईलाइट देने लई मैं इतने बिल्कुल एक कॉर्नरस के उत्ते इदा कलर लगाऊंगी। हूँ साड़ा रह गया है आई लाइनर। तो ये आई लाइनर जड़ा है कुड़ियां नूं बड़ा ज़्यादा पंगे का काम लगता क्योंकि हमेशा एक अख ते अलग तो दूसरी अख ते अलग लगता। तो मेरे नाल भी खैर इदा ही हुंदा है, ऐसी गल नहीं, मैं कहड़ा कोई प्रोफेशनल बंदा। ये है मेरे को नायका का आई लाइनर जैल इंक। ये भी बहुत ही अच्छा आईलाइनर आ, स्कैच वाला ये अगे स्कैच आईलाइनर आ एक तरह का। तो इनू हूँ मैं अपलाई करूँगी। मैं हमेशा जो आईलाइनर वो सेंटर के अपलाई करती हाँ तो दैन मैं कॉर्नर पर लगानी हाँ। अज देखते हाँ कि लगता साडा आईलाइनर। हूँ मेरा एक अख से तो आईलाइनर लग चुका है, इस तरह मैं दूसरे अख से भी प्रोपरली इदा ही लगाने की कोशिश करूँगी। लेट्स सी लगता कि नहीं। नाउ मेरा आईलाइनर भी लग चुका है। हूँ मैं अपनी आई लिड पर एक कलर लगाऊंगी जो कि है मेरे को इन कलर की पेंसिल आ। ये मैं लगाऊंगी अपनी आई लिड पर। हूँ मेरा आई मेकअप जड़ा है प्रॉपरली ख़त्म हो चुका है। तो एक चीज़ आप भुल गए हैं जो कि है ब्लश। ये हूँ आप लगावांगे ब्लश। ये है मेरा शुगर का ब्लश। ये भी बहुत ही अच्छा है, 02 इहदा शेड आ। तो इनू हूँ मैं लगावांगी। इनू हमेशा इस एरिया ते लगाना हुंदा है।
नाउ वी आर डन विद द मेकअप। हूँ मैं लगा जा रही हूँ सैटिंग स्प्रे फेसिस कैनेडा की, इन हूँ आप स्प्रे कर देंगे अपने फेस पर। तो इस तो बाद आप लगावे मस्कारा, मस्कारा हमेशा एंड लगा हूँ मैं लगा जा रही हूँ कलर बार का मस्कारा, ये भी बहुत ही अच्छा आ। हुन मैं अपना करांगी हेयर स्टाइल, मैं इस तरह थोड़े जे बाल लैके इन्हां नू एक पफी लुक दी है जो कि बहुत ही सिंपल है। हुन मैं बाकी दे बालां नू पिछे जूड़ा बना लूँगी, ये बहुत ही सिंपल जी लुक क्रिएट कर ली है मैं अपनी। हुन मैं ईयरिंग्स पा रही हाँ, ये मैनू इंस्टाग्राम पर एक पेज आ गहना क्लोजेट उतों की गिफ्ट आए सी। नाउ आई एम डन। सो तुहानू ये वीडियो किदा दी लगी मैनू जरूर दस्यो। ये मैं बस ये यही दस्या तुहानू कि मैं अपना मेकअप किदा करती हाँ, क्योंकि बहुत ही ज़्यादा रिक्वेस्टेड जी वीडियो सीगी। तो इस वीडियो नू लाइक जरूर कर दियो, कमेंट जरूर कर दियो, तो शेयर भी जरूर कर दियो। तो इदा दियां साड़ियां होर वीडियोज़ देखने लिए साड़े चैनल नू सबसक्राइब जरूर कर लो। मैनू पता लगा तुहाडे विचों कई लोग सानू बिना सबसक्राइब किए वीडियो देखी जा रहे हैं, इस करके तुहानू नोटिफिकेशन नहीं आ रही। तो तुसीं सानू फिर मैसेज करते हो कि व्लॉग कदों आएगा।